ਮਿੰਟ, ਇਹ ਆ ਮਾਲਦਾਰ ਛੜਾ ਪ੍ਰੀਤਮ ਸਿੰਘ ਦੀ ਕੋਠੀ, ਪੂਰੇ 5 ਕਿੱਲਿਆਂ ਚ ਬਣੀ ਹੋਈ ਆ ਇਹ। ਓ ਪ੍ਰੀਤਮ ਭਾਜੀ, ਬਾਹਰ ਆਇਓ ਜਰਾ। ਹੋਰ ਬਾਬਾ ਜੀ, ਸਭ ਠੀਕ ਠਾਕ ਹੈ? ਆਹ ਜਿਹੜਾ ਹੈਲੀਕਾਪਟਰ ਹੈ ਨਾ, ਇਹ ਮੇਰੇ ਪੜਦਾਦੇ ਨੇ ਫੌਜ ਤੋਂ ਖਰੀਦ ਲਿਆ, ਇੱਥੇ ਲਿਆ ਕੇ ਲਾ ਤਾ। ਠੀਕ ਆ, ਕਿਹੋ ਜਿਹਾ ਲੱਗਾ ਤੁਹਾਨੂੰ ਸਾਰਿਆਂ ਨੂੰ? ਪ੍ਰੀਤਮ ਸਿੰਘ ਬੱਚੇ, ਬਹੁਤ ਸੋਹਣਾ ਹੈਲੀਕਾਪਟਰ ਹੈ ਤੁਹਾਡਾ, ਬਹੁਤ ਵਧੀਆ। ਬਹੁਤ ਸੋਹਣਾ ਤਾਂ ਹੈ, ਪਰ ਮੈਂ ਤਾਂ ਰੋਜ਼ ਹੀ ਆਉਂਦਾ ਖੈਰ ਇੱਥੇ, ਕੋਈ ਇਹੋ ਜਿਹੀ ਗੱਲ ਨਹੀਂ। ਤੁਸੀਂ ਬਹੁਤ ਵਧੀਆ, ਤੁਸੀਂ ਜਿਹੜੀ ਆਪਣੇ ਦਾਦਿਆਂ ਪੜਦਾਦਿਆਂ ਦੀ ਚੀਜ਼ ਸਾਂਭ ਕੇ ਰੱਖੀ ਹੈ ਨਾ, ਬੜੀ ਸੋਹਣੀ ਲੱਗਦੀ ਹੈ। ਪ੍ਰੀਤਮ ਸਿੰਘ, ਸਾਨੂੰ ਇਹਦੇ 'ਚ ਗੇੜਾ ਗੂੜਾ ਹੀ ਕਢਾ ਦਿਓ, ਸਾਨੂੰ ਵੀ ਹਵਾ ਦੀ ਸੈਰ ਕਰਾ ਦਿਓ ਥੋੜ੍ਹੀ ਬਹੁਤੀ। ਹਾਂਜੀ ਹਾਂਜੀ ਸਰਦਾਰ ਜੀ, ਹੁਣ ਪਿਓ ਦਾਦਿਆਂ ਦੀ ਆ ਚੀਜ਼ ਤਾਂ ਸੰਭਾਲ ਕੇ ਰੱਖਣੀ ਪੈਣੀ ਆ। ਤੁਹਾਡਾ ਜਹਾਜ਼ ਬੜਾ ਸੋਹਣਾ ਆ, ਮੈਨੂੰ ਇਹਦੇ ਵਿੱਚ ਬਿਠਾ ਕੇ ਸੈਰ ਸੂਰ ਹੀ ਕਰਾ ਦਿਓ ਜੀ। ਉਹ ਰਾਜੂ, ਦੇ ਦੇਵਾਂਗੇ, ਚਿੰਤਾ ਕਾਹਦੀ ਹੈ, ਉਹ ਤੈਨੂੰ ਐਸਾ ਗੇੜਾ ਦੇਵਾਂਗੇ ਤੂੰ ਯਾਦ ਰੱਖੇਗਾ। ਹੁਣ ਆਪਾਂ ਪਹਿਲੇ ਨਾ ਆਪਣੇ ਬੰਟੀ ਬਾਈ ਦੇ ਵਿਆਹ ਦੀ ਗੱਲ ਕਰ ਲਈਏ, ਅਤੇ ਹੁਣ ਕੀ ਸੋਚਿਆ ਬਈ ਵਿਆਹ ਦੇ ਬਾਰੇ? ਮੈਂ ਤੁਹਾਨੂੰ ਉਸ ਦਿਨ ਦੱਸਿਆ ਸੀ ਮੇਰਾ ਜਿਹੜਾ ਮਤਲਬ ਜਿਹੜਾ ਨੌਕਰ ਹੈ ਨਾ, ਉੱਥੇ ਵਾਧੂ ਮੱਝਾਂ ਨੇ, ਅਤੇ ਆਪਾਂ ਸਾਰੇ ਉੱਥੇ ਚੱਲਦੇ ਹਾਂ, ਉੱਥੇ ਬਾਈ ਦਾ ਵਿਆਹ ਕਰਾ ਦਾਂਗੇ। ਨਾਲੇ ਉੱਥੇ ਮੇਰੇ ਸਾਹਮਣ ਵਾਲੇ ਬੰਦੇ ਬਹੁਤ ਨੇ, ਕਿਸੇ ਨਾ ਕਿਸੇ ਨੂੰ ਕਹਿ ਕੇ ਵਧੀਆ ਜੀ ਸੋਹਣੀ ਜੀ ਮੱਝ ਵਿਆਹ ਕਰਾ ਦਾਂਗੇ। ਹਾਂਜੀ ਹਾਂਜੀ ਭੈਣ ਜੀ, ਤੁਸੀਂ ਕਿਸ ਕੰਮ ਆਏ ਹੋ? ਅਤੇ ਆ ਮੁੰਡਾ ਕੌਣ ਆ ਤੁਹਾਡੇ ਨਾਲ? ਪ੍ਰੀਤਮ ਜੀ, ਇਹ ਛੋਟਾ ਮੇਰਾ ਭਾਈ ਹੈ, ਬਾਬਾ ਜੀ ਸੇ ਕਹਿ ਕੇ ਸ਼ਾਦੀ ਕਰਵਾ ਦਿਓ, 40 ਸਾਲ ਕਾ ਹੋ ਗਿਆ ਮੇਰਾ ਭਾਈ, ਸ਼ਾਦੀ ਨਹੀਂ ਹੋ ਰਿਹਾ ਕਈ। ਅੱਛਾ ਅੱਛਾ, ਪਰ ਇਹਨੂੰ ਥੋੜ੍ਹਾ ਵੱਡਾ ਤਾਂ ਹੋ ਲੈਣ ਦੀ, ਤੁਸੀਂ ਹਾਈਟ ਦੀ ਛੋਟੀ ਜੀ ਹੈ, ਕੋਈ ਕਰਾ ਦਿੰਦੇ। ਅਸੀਂ ਸਾਰੇ ਚੱਲੇ ਹਾਂ ਆ ਬਾਈ ਜੀ ਦਾ ਉਪਾਅ ਕਰਾਂ, ਅਤੇ ਤੁਸੀਂ ਵੀ ਸਾਡੇ ਨਾਲ ਚਲੋ, ਉੱਥੇ ਬਾਬਾ ਜੀ ਤੁਹਾਡਾ ਵੀ ਕੁਛ ਨਾ ਕੁਛ ਕਰ ਹੀ ਦੇਣਗੇ। ਕਿਉਂ ਬਾਬਾ ਜੀ? ਜ਼ਰੂਰ ਜ਼ਰੂਰ ਭਗਤੋ, ਉਹਦਾ ਆਪਾਂ ਹੱਲ ਕਰਨ ਹੀ ਆਏ ਹਾਂ। ਚਲੋ ਫਿਰ ਚੱਲੀਏ ਫਿਰ ਆਪਾਂ।
70 ਨੰਬਰ ਦੀ ਗਰਮੀ ਵਾੜੀ ਹੋ ਗਈ ਤੇ ਮੱਝਾਂ ਲੈ ਕੇ ਹੋ ਗਿਆ ਬੰਦਾ ਮੇਰਾ ਕੁਲਵਿੰਦਰ ਸਿੰਘ ਤੂੰ ਕਿੱਥੇ ਰਿਹਾ ਮੇਰੇ ਯਾਰ, ਇਹਨੇ ਦਿਨ ਲੱਭਿਆ ਹੀ ਨਹੀਂ। ਮੈਂ ਤੈਨੂੰ ਕੀ ਦੱਸਾਂ ਵੀਰ, ਜਿਹੜੀ ਮੇਰੀ ਐਮ ਡਬਲਯੂ ਸੀ ਨਾ ਉਹ ਕਿਸੇ ਦਾ ਭੱਜ ਗਈ, ਉਹਨੂੰ ਮੈਂ ਲੱਭ ਰਿਹਾ। ਅੱਛਾ ਅੱਛਾ ਅੱਛਾ। ਉਹ ਕੁਲਦੀਪ ਇਵੇਂ ਕਰ ਤੂੰ, ਉਹ ਇੱਕ ਮੱਝ ਲੈ ਕੇ ਆ ਅਤੇ ਆਪਾਂ ਆਪਣੇ ਬੰਟੀ ਵੀਰ ਦੇ ਮੱਝ ਦੇ ਵਿਆਹ ਦਾ ਉਪਾਅ ਕਰੀਏ। ਵਿਆਹ ਦਾ ਉਪਾਅ ਮੱਝ ਨਾਲ? ਹਾਂ ਤਾਂ ਜੀ, ਪਹਿਲੀ ਵਾਰ ਸੁਣਿਆ ਮੈਂ। ਇਹਦਾ ਇਲਾਜ ਤੁਹਾਨੂੰ ਵੀ ਨਹੀਂ ਦੱਸਿਆ? ਇਹਨੇ ਸਾਡੇ ਬਾਬਾ ਜੀ ਹਵਾ ਹਵਾਈ। ਅੱਛਾ ਜੀ। ਜਿਹਦਾ ਵਿਆਹ ਨਹੀਂ ਹੁੰਦਾ ਇਹ ਉਪਾਅ ਕਰ ਦਿੰਦੇ ਨੇ, ਉਹਦਾ ਵਿਆਹ ਜਲਦੀ ਹੋ ਜਾਂਦਾ। ਠੀਕ ਹੈ ਜੀ। ਇਹੀ ਉਪਾਅ ਕਰਦੇ ਨੇ ਸਾਰੇ ਲੋਕਾਂ ਦੇ ਜਿੰਨੇ ਵੀ ਮਸਲੇ ਆ ਇਹੀ ਹੱਲ ਕਰਦੇ ਨੇ। ਅੱਛਾ ਜੀ। ਹਾਂ ਹਾਂ। ਉਹ ਕੁਲਦੀਪ, ਹਾਂਜੀ ਭਾਜੀ, ਤੇਰੇ ਕੋਲ ਮੱਝਾਂ ਹੈਗੀਆਂ ਨੇ? ਮੈਂ ਤਾਂ ਸੋਚਿਆ ਸੀ 70 ਨੰਬਰ ਤਾਂ ਮੱਝਾਂ ਬੰਨੀਆਂ ਹੋਣੀਆਂ, ਪਰ ਮੱਝਾਂ ਸਾਰੀਆਂ ਚਲੀ ਗਈਆਂ ਘਰ ਨੂੰ। ਤੂੰ ਪਹਿਲੇ ਆਪਣੀਆਂ ਮੱਝਾਂ ਕੋਲ ਲੈ ਕੇ ਚੱਲ ਸਾਨੂੰ। ਆਜੋ, ਤੁਹਾਨੂੰ ਲੈ ਕੇ ਚੱਲਦਾ ਮੱਝਾਂ ਕੋਲ ਹੁਣੀ ਚੱਲੋ। ਪ੍ਰੀਤਮ ਜੀ, ਸਾਨੂੰ ਪਾਣੀ ਪਿਲਾ ਦਿਓ, ਫਿਰ ਸਾਰੇ ਚਲਦੇ ਆ। ਹਾਂ ਹਾਂ ਭਗਤੂ, ਤੁਸੀਂ ਮੈਨੂੰ ਵੀ ਪਾਣੀ ਪਿਲਾ ਹੀ ਦਿਓ, ਕਿਉਂਕਿ ਉਸ ਤੋਂ ਬਾਅਦ ਮੈਂ ਮੰਤਰ ਸ਼ੰਤਰ ਵੀ ਤਾਂ ਪੜ੍ਹਨੇ ਆ, ਜ਼ੋਰ ਲੱਗਣਾ। ਹਾਂ ਹਾਂ ਬਾਬਾ ਜੀ, ਤੁਸੀਂ ਕਿਹੜਾ 5 ਮਿੰਟ 'ਚ ਮੰਤਰ ਪੜ੍ਹਦੇ ਆ, ਟਾਈਮ ਲੱਗਣਾ ਹੀ ਆ, ਉਹ ਪਾਣੀ ਤੁਸੀਂ ਪੀ ਲਓ। ਓ ਹਾਂ ਹਾਂ, ਬਾਬਾ ਜੀ ਨੂੰ ਪਾਣੀ ਪੂਣੀ ਪਿਲਾ ਦਿਓ, ਇਹਨਾਂ ਮੰਤਰਾਂ 'ਤੇ ਜ਼ੋਰ ਲੱਗਣਾ, ਇਹਨਾਂ ਨੂੰ ਪਾਣੀ ਪਿਲਾ ਕੇ ਫਿਰ ਚੱਲਦੇ। ਯਾਰ ਕੁਲਦੀਪ, ਜਾਂ ਪਾਣੀ ਲੈ ਕੇ ਆ ਜਾ। ਠੀਕ ਹੈ ਜੀ, ਲਿਆਇਆ ਭਾਈ। ਹਾਂਜੀ ਲਿਆ ਬਾਈ, ਪਾਣੀ ਲਿਆ ਯਾਰ, ਚਾਹ ਸਾਰਿਆਂ ਨੂੰ। ਲੋ ਬੱਚਾ ਧੋਲੋ ਮਾੜਾ ਜਿਹਾ, ਦੂਜੇ ਬੰਦਿਆਂ ਨੂੰ ਵੀ ਪਾਣੀ ਪਿਲਾ ਦੋ। ਸਾਰਿਆਂ ਨੂੰ ਪਾਣੀ ਪਿਆ ਦੋ ਬੱਚਾ, ਫਿਰ ਆਪਾਂ ਬਾਂਟੀ ਦੇ ਵਿਆਹ ਦੇ ਉਪਾਏ ਕਰੀਏ ਮੱਝ ਦੇ ਨਾਲ। ਬਾਬਾ ਜੀ, ਮੇਰਾ ਵਿਆਹ ਕਿਹੜੇ ਢੰਗ ਨਾਲ ਕਰੋਗੇ, ਕਿਹੜੇ ਕਿੱਦਾਂ ਕਰੋਗੇ? ਤੁਸੀਂ ਬਾਂਟੀ ਭਗਤ, ਤੁਸੀਂ ਦੇਖਦੇ ਜਾਇਓ, ਸਾਡੇ ਇਹ ਖੱਬੇ ਹੱਥ ਦਾ ਕੰਮ ਆ ਬੱਚਾ। ਉਸ ਤੋਂ ਬਾਅਦ ਤੁਹਾਨੂੰ ਇੱਕ ਸੋਹਣੀ ਜਿਹੀ ਕੁੜੀ ਵੀ ਮਿਲ ਜਾਣੀ ਹੈ ਵਿਆਹ ਦੇ ਉਪਾਏ ਤੋਂ ਬਾਅਦ। ਦੇਖੋ ਬੱਚਾ, ਜੇ ਘੋੜਾ ਘਰ ਨਾਲ ਦੋਸਤੀ ਕਰੂਗਾ ਤਾਂ ਖਾਊਗਾ ਕੀ? ਮੈਨੂੰ ਨਾ ਪਾਲਟੀ ਦੇ ਜਿਹੜੀ ਮੈਂ ਪੀਣਾ ਹੁੰਦਾ। ਤੁਸੀਂ ਕਰਾ ਲਓ ਜਾਂ ਬਾਅਦ ਚ ਕਰਾ ਦੋਗੇ ਮੇਰਾ। ਆਪਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਬੰਟੀ ਦਾ, ਉਸ ਤੋਂ ਬਾਅਦ ਪ੍ਰੀਤਮ ਸਿੰਘ ਦਾ, ਫਿਰ ਐਂਡ ਤੇ ਬਾਅਦ ਐਂਡ ਤੋਂ ਐਂਡ ਤੇ ਲੱਗੂਗਾ ਬਲਵਿੰਦਰ ਸਿੰਘ। ਠੀਕ ਹੈ, ਠੀਕ ਹੈ ਬਾਬਾ ਜੀ, ਆਪਾਂ ਸਾਰਿਆਂ ਦਾ ਹੋ ਜੂਗਾ ਨਾ ਕੰਮ ਬਾਬਾ ਜੀ? ਜ਼ਰੂਰ ਜ਼ਰੂਰ। ਦੇਖੋ ਇਹ ਹੈ ਮੈਡਮ ਜੀ,
ਜਿਹੜਾ ਗਰੀਬ ਹੁੰਦਾ ਉਹਦੀ ਫੀਸ 20,000 ਤੋਂ ਸਟਾਰਟ ਹੈ, ਅਤੇ ਜਿਹੜਾ ਥੋੜ੍ਹਾ ਜਿਹਾ ਅਮੀਰ ਆ ਉਹਦੀ 50,000, ਅਤੇ ਜਿਹੜਾ ਥੋੜ੍ਹਾ ਕੋਈ ਤਕਲੀਫ ਕਰਨ ਦਾ ਜ਼ਿਆਦਾ ਹੁੰਦਾ ਉਹਦੀ 1,25,000 ਰੁਪਈਆ ਫੀਸ ਦਾ ਪੈ ਰਿਹਾ। ਹੁਣ ਕਈ ਕਈ ਵਾਰ ਇਹੋ ਜਿਹਾ ਸਮਾਂ ਆ ਜਾਂਦਾ, ਇਹ ਮੈਨੂੰ ਰਾਜੂ ਬੱਚਾ ਮੇਰਾ ਮੇਰੇ ਨਾਲ ਰਹਿੰਦਾ, ਅਤੇ ਕਈ ਕਈ ਵਾਰ ਇਹੋ ਜਿਹੀ ਜਗ੍ਹਾ ਵੀ ਬੱਚਾ ਸਾਨੂੰ ਬੈਠ ਕੇ ਭਗਤੀ ਕਰਨੀ ਪੈਂਦੀ ਜਿੱਥੇ ਮੱਛਰ ਖਾ ਜਾਂਦਾ ਸਾਰੀ ਤਿਆਰੀ ਕਰਦਾ, ਅਤੇ ਫਿਰ ਰਾਜੂ ਫਿਰ ਮੇਰੇ ਵਾਸਤੇ ਮੱਛਰਦਾਨੀ ਲੈ ਕੇ ਆਉਂਦਾ ਵਿਚਾਰਾ, ਅਲੱਗ ਅਲੱਗ ਕੇ ਪਿੰਡਾਂ ਦੇ ਵਿੱਚੋਂ ਲੱਸੀ ਲਿਆਉਂਦਾ, ਅਤੇ ਭਗਤ ਬਹੁਤ ਸੇਵਾ ਕਰਦੇ ਆ, ਬਹੁਤ ਹੀ ਲੋਕਾਂ ਦਾ ਪਾਇਆ। ਬਾਬਾ ਜੀ ਤੁਸੀਂ ਨਾ ਮੱਛਰ ਦੀ ਫਿਕਰ ਨਾ ਕਰੋ, ਮੈਂ ਆਸਟ੍ਰੇਲੀਆ ਤੋਂ ਆਰਡਰ ਕੀਤਾ ਕੂਲਰ, ਤਾਂ ਮੱਛਾ ਕੂਲਰ ਆ, ਜਦੋਂ ਚਲਾਉਂਦੇ ਹਾਂ ਨਾ ਇੰਨੀ ਹਵਾ ਦਿੰਦਾ, ਇੰਨੀ ਹਵਾ ਦਿੰਦਾ, ਸਾਰੇ ਮੱਛਰ ਉੱਡ ਜਾਂਦੇ ਨੇ। ਜੈ ਹੋ ਬਾਬਾ ਹਵਾ ਹਵਾਈ, ਜੈ ਹੋ ਬਾਬਾ ਹਵਾ ਹਵਾਈ, ਜੈ ਹੋ ਬਾਬਾ ਹਵਾ ਹਵਾਈ। ਭਾਈ ਕੁਲਦੀਪ ਚੱਲ ਲੇਟ ਹੋ ਗਏ, ਚੱਲੀ ਆ, ਚਲੋ ਪਰ ਫਿਰ ਪਾਪਾ ਮੱਝ ਤੈਨੂੰ ਦਿਖਾਓ, ਫਿਰ ਆਪਾਂ ਸੋਹਣੀ ਜੀ ਮੱਝ ਦੇਖ ਚਲੋ 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 ਬੰਟੀ ਬੱਚਾ। ਹਾਂਜੀ ਬਾਬਾ ਜੀ। ਆਪਾਂ ਮੱਝ ਕੋਲੇ ਪਹੁੰਚ ਚੁੱਕੇ ਹਾਂ, ਤੁਸੀਂ ਹਾਰ ਲੈ ਕੇ ਆਓ, ਤੁਹਾਡੇ ਵਿਆਹ ਦਾ ਉਪਾਅ ਕਰੀਏ ਆਪਾਂ। ਠੀਕ ਹੈ ਬਾਬਾ ਜੀ, ਮੈਂ ਜਾਣਾ। ਬਾਬਾ ਜੀ ਜੇ ਬੰਟੀ ਨੂੰ ਕੁਛ ਸੋਹਣੇ ਮੰਗਾਉਣਾ ਮੰਗਾ ਲਓ, ਸਿੰਘ ਛੋੜਿਆ ਕੀ ਹੋਇਆ, ਮੱਝ ਥੋੜੀ ਜਿਹੀ ਕਾਲੀ ਆ, ਗੋਰੀ ਚਾਹੀਦੀ ਸੀ। ਉਹ ਭਾਈ ਮੇਰੀ ਗੱਲ ਸੁਣੋ, ਇਹ ਗੋਰੀ ਤੇ ਕਾਲੀ ਦੀ ਗੱਲ ਨਾ ਕਰੇ ਬੰਟੀ ਦੇ ਅੱਗੇ, ਕਿਤੇ ਉਹ ਕਿਤੇ ਪਿੰਡ 'ਚ ਵਗ ਜਾਵੇ ਗੋਰੀ ਮੱਝ ਲੱਭਣ, ਰੱਬੜਾ ਦਾ ਵਿਆਹ ਕਰਕੇ ਪਾਸੇ ਕਰੋ ਤੁਸੀਂ, ਗੋਰੀ ਕਾਲੀ ਤੁਸੀਂ ਕੀ ਲੈਣਾ। ਪ੍ਰੀਤਮ ਭਾਅ ਜੀ ਆਪਣੇ ਕੋਲ ਸਾਰੇ ਹੱਲ ਹੈਗੇ ਆ, ਕੱਲ ਹੀ ਮੈਂ ਚਿੱਟੇ ਪਿੰਡ ਦੀ ਬਾਲਟੀ ਲੈ ਕੇ ਆਇਆ, ਜੇ ਕਹੋ ਤਾਂ ਆਪਾਂ ਇਹਨੂੰ ਚਿੱਟਾ ਕਰ ਦਿੰਦੇ ਹਾਂ। ਉਹ ਨਾ ਭਰਾ ਮੇਰਿਆ ਨਾ, ਉਹ ਚਿੱਟੀ ਕਾਲੀ ਦੀ ਗੱਲ ਕੋਈ ਨਹੀਂ ਕਰਨੀ, ਉਹ ਜਿਹੋ ਜਿਹੀ ਮੱਝ ਹੈਗੀ ਆ ਬਿਲਕੁਲ ਠੀਕ ਆ। ਉਹ ਅੱਜ ਕੱਲ੍ਹ ਬੰਦਾ ਵਹਿਮ ਕਰਨ ਲੱਗੇ ਟਾਈਮ ਲਾਉਂਦਾ, ਤੁਸੀਂ ਕਿਉਂ ਚਿੱਟੇ ਕਾਲੇ ਦੀ ਗੱਲਾਂ ਕਰਦੇ ਹੋ। ਬੰਟੀ ਦੇ ਅੱਗੇ ਨਾ ਚਿੱਟੀ ਮੱਝ ਦੀ ਗੱਲ ਕਰਨੀ ਆ ਅਤੇ ਨਾ ਕਾਲੀ ਮੱਝ ਦੀ ਗੱਲ ਕਰਨੀ ਆ, ਠੀਕ ਹੈ ਨਾ ਕੁਲਦੀਪ। ਚਿੱਟੀ ਵੀ ਮੱਝ ਹੋਤੀ ਹੈ। ਚਿੱਟੀਆਂ ਮੱਝਾਂ ਵੀ ਹੁੰਦੀਆਂ ਸੀ ਸਾਡੇ ਦਾਦੇ ਪੜਦਾਦਿਆਂ ਦੇ ਟਾਈਮ, ਚਿੱਟੀਆਂ ਮੱਝਾਂ ਹੁੰਦੀਆਂ ਸੀ, ਹੁਣ ਪਤਾ ਨਹੀਂ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦੀਆਂ, ਅਲੋਪ ਹੀ ਹੋ ਗਈਆਂ। ਉਹ ਭਗਤ ਜੀ ਤੁਸੀਂ ਚਿੱਟੀਆਂ ਅਤੇ ਕਾਲੀਆਂ ਮੱਝਾਂ ਬਾਰੇ ਛੱਡੋ, ਇਹ ਤਾਂ ਸਿਰਫ ਆਪਾਂ ਬੰਟੀ ਦੇ ਵਿਆਹ ਦਾ ਉਪਾਅ ਕਰਨ ਵਾਸਤੇ ਇੱਥੇ ਆਏ ਹਾਂ, ਜਦੋਂ ਕਿਸੇ ਹੋਰ ਦੇ ਵਿਆਹ ਦਾ ਉਪਾਅ ਕਰਨਾ ਉਦੋਂ ਚਿੱਟੀਆਂ ਅਤੇ ਕਾਲੀਆਂ ਮੱਝਾਂ ਆਪਾਂ ਲੱਭ ਲਾਂਗੇ, ਹੁਣ ਸਿਰਫ ਬੰਟੀ ਦੇ ਵਿਆਹ ਦਾ ਆਪਾਂ ਉਪਾਅ ਸ਼ੁਰੂ ਕਰੀਏ। ਬਾਬਾ ਜੀ ਕੁਲਦੀਪ ਬੰਟੀ ਹੋਣ ਵਾਲਾ ਆ, ਉਹਦੇ ਸਾਹਮਣੇ ਕੋਈ ਵੀ ਚਿੱਟੀ ਅਤੇ ਕਾਲੀ ਮੱਝ ਦੀ ਗੱਲ ਨਹੀਂ ਕਰਨੀ, ਜੇ ਕੀਤੀ ਤਾਂ ਫਿਰ ਵੇਖ ਲਾ ਮਾਰੂ ਤੇਰੇ ਖੁੰਡਾ, ਤੈਨੂੰ ਦੰਦਲ ਪੈ ਜਾਣੀ ਆ, ਨਹੀਂ ਕਰਦੇ। ਸੋਹਣੀ ਜੀ ਜਨਾਨੀ ਮਿਲ ਜਾਣੀ ਹੈ, ਠੀਕ ਆ ਬਾਬਾ ਜੀ। ਕਰ ਲਾ ਚਾਹ ਪੂਰੇ, ਚੱਲ ਪਾ ਤੋ ਹਾਰ ਆ ਚੁੱਕੇ ਆ, ਤੇ ਤੁਸੀਂ ਸਾਰਿਆਂ ਨੇ ਭੰਗੜਾ ਪਾਉਣਾ ਬੰਟੀ ਦੇ ਵਿਆਹ ਤੇ, ਮੈਂ ਕੀਰਤਨ ਕਰਨ ਲੱਗਿਆ, ਤੇ ਬੰਟੀ ਜੀ ਤੁਸੀਂ ਮੱਝ ਨੂੰ ਹਾਰ ਪਾ ਲੈਣਾ, ਠੀਕ ਹੈ। ਠੀਕ ਆ ਬਾਬਾ ਜੀ, ਲਓ ਜੀ।
ਜੈ ਹੋ ਬਾਬਾ ਹਵਾਈ ਭਗਤ। ਹਾਂਜੀ ਬਾਬਾ ਜੀ, ਤੇਰੇ ਵਿਆਹ ਦੀ ਫਰਿਆਦ ਪੂਰੀ ਹੋ ਚੁੱਕੀ ਹੈ। ਚਲੋ ਹੁਣ ਤੁਸੀਂ ਮੱਝ ਦੇ ਹਾਰ ਪਾਓ, ਤੁਹਾਡਾ ਵਿਆਹ ਸੰਪੰਨ ਕਰ ਗਏ ਆਪਾਂ। ਠੀਕ ਹੈ ਬਾਬਾ, ਚਲੋ ਪਾਓ ਜੀ ਮੱਝ ਦੇ ਹਾਰ ਪਾਓ। ਲਓ ਇਹ ਹਾਰ ਪਾਓ, ਤੁਹਾਡਾ ਵਿਆਹ ਸੰਪੂਰਨ ਹੋ ਚੁੱਕਿਆ। ਲੋ ਬੰਤੀ ਭਗਤ ਜੀ, ਤੁਹਾਡਾ ਵਿਆਹ ਹੋ ਚੁੱਕਿਆ ਸੰਪੂਰਨ ਇਸ ਮੱਝ ਦੇ ਨਾਲ। ਅੱਜ ਤੋਂ 7 ਦਿਨਾਂ ਬਾਅਦ ਇੱਕ ਸੋਹਣੀ ਜੀ ਜਨਾਨੀ ਦੇ ਨਾਲ ਤੁਹਾਡਾ ਵਿਆਹ ਹੋ ਜਾਣਾ। ਓਏ ਉਹ ਤਾਂ ਠੀਕ ਆ ਬੰਟੀ, ਜਿਹੜਾ ਬਾਬੇ ਦਾ ਬਣਦਾ ਜਿਹੜਾ ਕੀਤਾ ਵਾ ਸਗਨ ਵਿਹਾਰ ਉਹ ਤਾਂ ਦੇ ਦੇ। ਉਹ ਬਾਬਾ ਜੀ ਤੁਸੀਂ ਮੇਰੇ ਨਾਲ ਘਰ ਚੱਲੋ, ਮੈਂ ਤੁਹਾਡੀ ਦਕਸ਼ਨਾ ਵੀ ਦਿੰਦਾ ਤੇ ਨਾਲੇ ਆਪਣੇ ਸਾਰੇ ਵੀਰਾਂ ਨੂੰ ਪਾਲਟੀ ਦਿੰਦਾ। ਚਲੋ ਬੰਟੀ ਜੀ ਜੈ ਹੋ ਬਾਬਾ ਹਵਾਈ ਜੀ, ਜੈ ਹੋ ਬਾਬਾ ਹਵਾਈ, ਜੈ ਹੋ ਬਾਬਾ ਹਵਾਈ, ਜੈ ਹੋ ਬਾਬਾ ਫਟਾਫਟ
ਲੈ ਵੀ ਇਸ ਤੋਂ ਅਗਲਾ ਨੰਬਰ ਤੇ ਮੇਰਾ ਆ ਸੋਨੇ ਦੀ ਮੁੰਦਰੀਆਂ ਵੱਖਰੀਆਂ, ਇੱਕ ਲੱਖ ਕੱਪੜੇ ਵੱਖਰੇ। ਪ੍ਰੀਤਮ ਸਿੰਘ ਜੀ ਮੈਂ ਲੈਣਾ ਤੁਹਾਡੇ ਤੋਂ 1.25 ਲੱਖ, ਕਿਉਂਕਿ ਤੁਸੀਂ 300 ਮੋਟਰ ਦੇ ਮਾਲਕ ਹੋ। ਉਹ ਲਿਆਓ ਜੀ, ਲਿਆਓ ਸਮਾਨ, ਲਿਆਓ ਬੰਟੀ ਸਮਾਨ, ਲਿਆ ਫਟਾਫਟ ਯਾਰ, ਅਸੀਂ ਜਾਣਾ ਵੀ ਆ ਫਿਰ। ਖੋਲੀ ਬੋਤਲ ਯਾਰ, ਛੋਟੂ ਆ ਖੋਲ ਯਾਰ, ਥੋੜਾ ਥੋੜਾ ਠੰਡਾ ਪਾ। ਬੰਟੀ ਵੀਰੇ ਹਾਰ ਮੈਂ ਪਾ ਲਿਆ, ਹੁਣ ਤੇਰਾ ਨੂੰ ਹੋ ਗਿਆ ਉਪਾਏ, ਤੈਨੂੰ ਤਾਂ 7 ਦਿਨਾਂ ਬਾਅਦ ਜਨਾਨੀ ਮਿਲੀ ਜਾਣੀ ਆ, ਹੁਣ ਮੇਰਾ ਨੰਬਰ ਆ। ਠੀਕ ਆ ਜ਼ਰੂਰ ਜ਼ਰੂਰ, ਠੀਕ ਆ ਬਾਬਾ ਜੀ। ਇਸ ਤੋਂ ਬਾਅਦ ਬਲਵਿੰਦਰ ਸਿੰਘ ਦਾ ਵੀ ਤਾਂ ਆਪਾਂ ਕੁੱਤੀ ਦੇ ਨਾਲ ਵਿਆਹ ਕਰਨਾ ਹੀ ਹੈ, ਅਪਾਏ ਤਾਂ ਹੀ ਹੋਣਾ ਨਾ, ਤਾਂ ਹੀ ਇਹਨੂੰ ਸੋਹਣੀ ਜਨਾਨੀ ਮਿਲੂਗੀ। ਹਲੋ ਬਾਜੀ, ਤੁਸੀਂ ਵੀ ਪੀਲੋ, ਮਜ਼ਾ ਆ ਗਿਆ ਯਾਰ। ਆਨਾ ਬਾਬਾ ਹਵਾ ਹਵਾਈ, ਅੱਜ ਸਿਰੇ ਲਾ ਹੀ ਦਿੱਤੀ ਗੱਲ। ਆ ਲਓ ਜੀ, ਤੁਹਾਡੇ ਆਸ਼ੀਰਵਾਦ ਨਾਲ ਹੋਇਆ ਬਾਬਾ ਜੀ। ਕਰ ਲਈ ਕੋਈ ਨੀ ਯਾਰ, ਆਪਾਂ ਤੁਹਾਡੇ ਸਾਰੇ ਪਰਦਾ ਕਰ ਦਿਆਂਗੇ। ਹਾਂ ਬਾਬਾ ਜੀ, ਹੁਣ ਪੈਗ ਸੈਗ ਤਾਂ ਆਪਾਂ ਲਾ ਲਿਆ, ਪਾਲਟੀ ਆਪਾਂ ਖਾ ਲਈ ਆ, ਹੁਣ ਭੰਗੜਾ ਸੰਗੜਾ ਪਾਈਏ ਬਾਬਾ ਜੀ। ਤੁਸੀਂ ਯਾਰ ਬਾਬਿਆਂ ਨੂੰ ਵੀ ਪੈਗ ਲਵਾ ਕੇ ਬੁੱਧੀ ਭ੍ਰਿਸ਼ਟ ਕਰਤੀ ਹੈ, ਹੁਣ ਮੈਨੂੰ ਪੁਰਾਣੀ ਜਵਾਨੀ ਮੇਰੀ ਯਾਦ ਆਉਣ ਲੱਗੀ ਹੈ, ਪਹਿਲਾਂ ਜਦੋਂ ਮੈਂ ਸਿੰਗਿੰਗ ਕਰਦਾ ਹੁੰਦਾ ਸੀ, ਹੁਣ ਮੈਂ ਬੰਟੀ ਭਗਤ ਦੇ ਵਿਆਹ ਦੇ ਵਿੱਚ, ਮੈਨੂੰ ਵੀ ਇੱਕ ਪੈਗ ਨਾਲ ਥੋੜ੍ਹੀ ਜਿਹੀ ਮਸਤੀ ਜੀ ਚੜ੍ਹ ਗਈ ਹੈ, ਅਤੇ ਮੇਰਾ ਜੀ ਕਰਦਾ ਹੁਣ ਮੈਂ ਹਿੰਦੇ ਭਾਈ ਰੂਪੇ ਦਾ ਲਿਖਿਆ ਗੀਤ ਮੈਂ ਗਾਵਾਂ ਅਤੇ ਤੁਸੀਂ ਸਾਰੇ ਨੱਚੋ। ਅਤੇ ਬਾਬਾ ਆਣਦੇ ਫਿਰ ਗਾਣਾ ਲੈ ਫਿਰ। ਮਸਾਂ ਆਇਆ ਤੇਰੇ ਦਿਓਰ ਦਾ ਵਿਆਹ ਭਾਬੀ, ਮਸਾਂ ਮਸਾਂ ਆਇਆ ਤੇਰੇ ਦਿਓਰ ਦਾ ਵਿਆਹ ਭਾਬੀ, ਹਾਂ।
ਜੋਰੀ ਚੱਕਦੀ ਜੋਗੀ ਦੀ।